ਹੁਣ ਆਪਾਂ ਚੱਲਦੇ ਹਾਂ ਲਾਂਡਰੀ ਦੇ ਵਿੱਚ। ਤਾਂ ਜਿਹੜਾ ਮੈਂ ਤੁਹਾਨੂੰ ਆਪਣਾ ਅਪਾਰਟਮੈਂਟ ਦਿਖਾਇਆ ਸੀ, ਇੱਕ ਫੈਮਿਲੀ ਅਪਾਰਟਮੈਂਟ ਆ, ਤਾਂ ਇਹਦੇ ਵਿੱਚ ਸ਼ੇਅਰ ਅਪਾਰਟਮੈਂਟ ਵੀ ਤੁਸੀਂ ਲੈ ਸਕਦੇ ਹੋ। ਉਹਦੇ ਵਿੱਚ ਤੁਸੀਂ ਇੱਕ ਤੋਂ ਵੱਧ ਕਮਰੇ ਹੁੰਦੇ ਆ, ਅਤੇ ਤੁਸੀਂ ਕਿਸੇ ਹੋਰ ਬੰਦਿਆਂ ਨਾਲ ਰਹਿਣਾ ਪੈਂਦਾ ਤੁਹਾਨੂੰ। ਜੇ ਤੁਹਾਨੂੰ ਤੁਸੀਂ ਐਗਰੀ ਹੋ ਤਾਂ ਤੁਸੀਂ ਉਹ ਲੈ ਸਕਦੇ ਹੋ, ਅਦਰਵਾਈਜ਼ ਤੁਸੀਂ ਫੈਮਿਲੀ ਵੱਲ ਲੈ ਸਕਦੇ ਹੋ। ਵਿੱਚ ਇੰਨੀ ਜਗ੍ਹਾ ਹੀ ਹੁੰਦੀ ਆ। ਇਹ ਆਪਾਂ ਆ ਗਏ ਲਾਂਡਰੀ ਦੇ ਵਿੱਚ। ਲਾਂਡਰੀ ਦੇ ਵਿੱਚ ਇੱਥੋਂ ਤੁਸੀਂ ਲਾਈਟਸ ਔਨ ਕਰਨੀਆਂ। ਤਾਂ ਇਹਨਾਂ ਨੇ ਲਾਂਡਰੀ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਪੇਪਰ ਲਗਾਏ ਹੋਏ ਆ। ਇਹਦੇ ਵਿੱਚ ਤੁਸੀਂ ਜਿੱਦਾਂ ਅੱਜ ਦੀ ਤਰੀਕ ਦੇਖ ਕੇ ਉਹਦੇ ਵਿੱਚ ਤੁਸੀਂ ਆਪਣਾ ਟਾਈਮ ਪਾ ਸਕਦੇ ਹੋ ਵੀ ਮੈਂ ਇੰਨੇ ਵਜੇ ਕੱਪੜੇ ਧੋਊਂਗਾ, ਇੱਧਰ ਟਾਈਮ ਲਿਖਿਆ। ਤੁਸੀਂ ਆਪਣੇ ਫਲੈਟ ਦਾ ਨੰਬਰ ਪਾ ਸਕਦੇ ਹੋ, ਤਾਂ ਉਸ ਟਾਈਮ ਲਾਂਡਰੀ ਫ੍ਰੀ ਮਿਲੂਗੀ ਤੁਹਾਨੂੰ। ਇਹਦੇ ਵਿੱਚ ਕਿਸੇ ਨੇ ਕੱਪੜੇ ਨਹੀਂ ਪਾਏ ਹੋਣਗੇ, ਤਾਂ ਤੁਸੀਂ ਆਪਣੇ ਕੱਪੜੇ ਉਸ ਟਾਈਮ ਧੋ ਸਕਦੇ ਹੋ। ਅਤੇ ਇੱਥੇ ਇੱਕ ਡਰਾਇਰ ਹੈ ਕੱਪੜੇ ਸੁਕਾਉਣ ਵਾਸਤੇ, ਆਹ ਦੋ ਮਸ਼ੀਨਾਂ ਕੱਪੜੇ ਧੋਣ ਵਾਸਤੇ, ਤੀਜੀ ਮਸ਼ੀਨ 'ਚ ਥੋੜ੍ਹੀ ਪ੍ਰੋਬਲਮ ਹੈ, ਇਹ ਖਰਾਬ ਪਈ ਹੈ। ਅਤੇ ਇੱਧਰ ਇੱਕ ਉਹਨਾਂ ਨੇ ਸ਼ੈਂਕ ਵੀ ਦਿੱਤਾ ਹੋਇਆ, ਜੇ ਤੁਸੀਂ ਕੋਈ ਆਪਦੇ ਕੱਪੜੇ ਹੋਰ ਹੱਥ ਨਾਲ ਧੋਣੇ ਚਾਹੁੰਦੇ ਹੋ ਉਹਦੇ ਲਈ। ਤਾਂ ਮਸ਼ੀਨਾਂ ਨੂੰ, ਕਿਉਂਕਿ ਮਸ਼ੀਨਾਂ ਦੁਨੀਆ ਵੀ ਚੱਲਦੀਆਂ, ਫਿਨਿਸ਼ ਭਾਸ਼ਾ ਦੇ ਵਿੱਚ ਚੱਲਦੀਆਂ, ਤਾਂ ਉਹਦੇ ਲਈ ਇੱਥੇ ਬੁੱਕਲੇਟ ਵੀ ਪਾਇਆ ਇਹਨਾਂ ਨੇ, ਤੁਸੀਂ ਕਿੱਦਾਂ ਮਸ਼ੀਨ ਯੂਜ ਕਰਨੀ ਹੈ। ਇਹ ਇੰਗਲਿਸ਼ ਦੇ ਵਿੱਚ ਵੀ ਹੈਗੇ ਆ, ਤਾਂ ਤੁਸੀਂ ਇਹਨਾਂ ਨੂੰ ਇੱਥੋਂ ਪੜ੍ਹ ਕੇ ਯੂਜ ਕਰ ਸਕਦੇ ਹੋ। ਤਾਂ ਕੱਪੜੇ ਧੋਣ ਤੋਂ ਬਾਅਦ ਜੇਕਰ ਬਾਹਰ ਬਾਰਿਸ਼ ਹੋ ਰਹੀ ਹੈ, ਤਾਂ ਤੁਸੀਂ ਆਪਣੇ ਕੱਪੜੇ, ਉਹਨਾਂ ਨੇ ਇੱਥੇ ਇੱਕ ਕਮਰਾ ਦਿੱਤਾ ਹੋਇਆ, ਇਹਦੇ ਵਿੱਚ ਇੱਦਾਂ ਪੰਨੀਆਂ ਬੰਨ ਰੱਖੀਆਂ, ਉੱਪਰ ਪੱਖਾ ਲੱਗਿਆ, ਥੱਲੇ ਹੀਟਰ ਲੱਗਿਆ, ਤਾਂ ਇੱਥੇ ਕੱਪੜੇ ਸੁੱਕਦੇ ਰਹਿੰਦੇ ਆ। ਆਹ ਪੱਖੇ ਦਾ ਟਾਈਮਰ ਆ, ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ, ਉਹਨੇ ਟਾਈਮ ਬਾਅਦ ਪੱਖਾ ਬੰਦ ਹੋ ਜੂਗਾ, ਤੁਸੀਂ ਇੱਥੇ ਆਪਣੇ ਕੱਪੜੇ ਸੁਕਾ ਸਕਦੇ ਹੋ। ਇਸ ਦੇ ਨਾਲ ਜੇ ਤੁਸੀਂ ਇੱਥੇ ਬਿਜ਼ੀ ਹੈ ਜਾਂ ਕੁਛ ਹੋਰ ਹੈ, ਤੁਹਾਨੂੰ ਲੱਗਦਾ ਬਾਹਰ ਧੁੱਪ ਬਹੁਤ ਵਧੀਆ, ਤਾਂ ਤੁਸੀਂ ਕੱਪੜੇ ਬਾਹਰ ਵੀ ਸੁਕਾ ਸਕਦੇ ਹੋ। ਉਹਦੇ ਲਈ ਪਿੱਛੋਂ ਦੀ ਗੇਟ ਦਿੱਤਾ ਹੋਇਆ ਇਹਨਾਂ ਨੇ ਇੱਧਰ। ਇੱਧਰ ਪਿੱਛੇ ਆ ਕੇ ਤੁਸੀਂ ਆਪਣੇ ਕੱਪੜੇ ਇੱਧਰ ਸੁੱਕਣੇ ਪਾ ਸਕਦੇ ਹੋ। ਉਹਦੇ ਲਈ ਸਪੈਸ਼ਲ ਇਹਨਾਂ ਨੇ ਇੱਧਰ ਤਾਰਾਂ ਬੰਨੀਆਂ ਹੋਈਆਂ ਕੱਪੜੇ ਸੁਕਾਉਣ ਵਾਸਤੇ। ਪਰ ਜਿੱਦਾਂ ਕਿ ਅੱਜ ਮੌਸਮ ਹੈ, ਤੁਸੀਂ ਅੱਜ ਦੇ ਮੌਸਮ ਦੇ ਵਿੱਚ ਬਾਹਰ ਕੱਪੜੇ ਨਹੀਂ ਸੁਕਾ ਸਕਦੇ, ਕਿਉਂਕਿ ਜੇ ਤੁਸੀਂ ਇਹਨਾਂ ਨੂੰ ਸੁਕਾਓਗੇ ਤਾਂ ਇੱਥੇ ਕੱਪੜੇ ਹੋਰ ਗਿੱਲੇ ਹੋ ਜਾਣਗੇ, ਬਜਾਏ ਕਿ ਸੁੱਕਣ ਦੇ। ਇਹ ਕੱਪੜੇ ਸੁੱਕਣਗੇ ਨਹੀਂ, ਇਹ ਹੋਰ ਗਿੱਲੇ ਹੋ ਜਾਣਗੇ। ਤਾਂ ਇਹ ਇਕੱਲੇ ਧੁੱਪ ਵਿੱਚ ਹੀ ਕੰਮ ਆਉਣ ਵਾਲੀ ਚੀਜ਼ ਹੈ। ਬਾਕੀ ਇੱਥੇ ਦਰੱਖਤ ਬਹੁਤ ਜ਼ਿਆਦਾ ਦੇਖ ਸਕਦੇ। ਚਲੋ ਚੱਲਦੇ ਹਾਂ ਬੈਕ ਟੂ ਲਾਂਡਰੀ। ਇੱਥੇ ਦੇਖੀ ਲੱਗਿਆ ਹੋਇਆ ਅਤੇ ਸਫਾਈ ਲਈ ਵੀ ਰੱਖਿਆ ਹੋਇਆ ਇੱਥੇ। ਇਹਦੀ ਸਫਾਈ ਆਪ ਸਰਕਾਰ ਆਪ ਕਰਵਾਉਂਦੀ ਹੈ, ਇਹਦੀ ਸਫਾਈ ਇੱਥੋਂ ਦੇ ਰਹਿਣ ਵਾਲੇ ਲੋਕ ਨਹੀਂ ਕਰਦੇ, ਬਟ ਫਿਰ ਵੀ ਆਪਾਂ ਇਹਨੂੰ ਸਾਫ਼ ਸੁਥਰਾ ਰੱਖਦੇ ਹਾਂ। ਇਹ ਲਾਂਡਰੀ, ਇਹਦੇ ਕੋਈ ਆਪਾਂ ਪੈਸਾ ਨਹੀਂ ਦੇਣਾ, ਇਹਦੇ ਜਸਟ ਤੁਸੀਂ ਆਪਣੀ ਸਰਫ ਲਿਆਉਣੀ ਹੈ, ਸਰਫ ਪਾਓ ਕੱਪੜੇ ਧੋ, ਅਤੇ ਜਾਣ ਲੱਗੇ ਮਸ਼ੀਨ ਜ਼ਰੂਰ ਕਲੀਨ ਕਰਕੇ ਜਾਓ, ਇੰਨਾ ਹੀ ਇਹਨਾਂ ਦਾ ਰੂਲ ਹੈ। ਅਤੇ ਸਾਰੀਆਂ ਲਾਈਟਸ ਵਗੈਰਾ ਬੰਦ ਕਰਕੇ ਜਾਓ, ਲਾਈਟਾਂ ਬੰਦ ਕਰ ਦਿੰਦੇ ਹਾਂ। ਇੱਥੇ ਤੁਸੀਂ ਆਪਣੇ ਸਾਈਕਲ ਵਗੈਰਾ ਖੜਾ ਸਕਦੇ ਹੋ, ਇਹ ਵੀ ਥੱਲੇ ਜਗ੍ਹਾ ਦਿੱਤੀ ਹੋਈ ਆ। ਇਹਦੀ ਮੇਨ ਐਂਟਰੀ ਆ ਜਿੱਧਰੋਂ ਆਪਾਂ ਆਏ ਸੀ, ਅਤੇ ਆਪਣੇ ਫਲੈਟ ਨੂੰ ਉੱਪਰ ਪਾਉਣੀਆਂ ਜਾਂਦੀਆਂ। ਓਕੇ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।